ਗਿਆਰਵੀਂ ਵਾਲੇ ਪੀਰਾਂ ਦੇ ਇੱਕ ਵਾਕਿਆ ਸੁਣਾ ਰਿਹਾ। ਬੇਰੀ ਨੂੰ ਪੱਕੇ ਪੱਕੇ ਵੇਰ ਲੱਗੇ ਸਨ। ਸਕੂਲੋਂ ਛੁੱਟੀ ਹੋਈ, ਬੱਚੇ ਭੱਜੇ ਭੱਜੇ ਆਏ। ਇੱਕ ਬੱਚੇ ਨੇ ਵੱਟਾ ਚੁੱਕਿਆ, ਚੁੱਕ ਕੇ ਵੇਰੀ ਦੇ ਮਾਰ ਦਿੱਤਾ। ਵੇਰ ਟੁੱਟ ਗਿਆ, ਚੁੱਕ ਕੇ ਖਾ ਲਿਆ। ਲੇਕਿਨ ਇਹ ਖਬਰ ਨਹੀਂ ਰਹੀ ਕਿ ਬੇਰੀ ਥੱਲੇ ਕੋਈ ਫਕੀਰ ਆਰਾਮ ਕਰ ਰਿਹਾ ਸੀ। ਬੇਰੀ ਤੋਂ ਪੁੜ ਕੇ ਵੱਟਾ ਫਕੀਰ ਦੇ ਵੱਜਿਆ, ਲਹੂ ਲੁਹਾਨ ਹੋ ਗਏ, ਉੱਠ ਕੇ ਖੜੇ ਹੋ ਗਏ। ਕਹਿੰਦੇ ਉਹ ਕਾਕਾ, ਉਹ ਤੂੰ ਵੱਟਾ ਸਾਡੇ ਕਿਉਂ ਮਾਰਿਆ? ਸਾਡੇ ਕਿਹੜੀ ਗੱਲੋਂ ਵੱਟਾ ਮਾਰਿਆ ਤੂੰ? ਬੱਚਾ ਡਰਿਆ ਡਰਿਆ ਕਹਿੰਦਾ, ਬਾਬਾ ਜੀ, ਵੱਟਾ ਮੈਂ ਤੁਹਾਡੇ ਨਹੀਂ ਸੀ ਮਾਰਿਆ, ਵੱਟਾ ਤਾਂ ਮੈਂ ਬੇਰੀ ਦੇ ਮਾਰਿਆ ਸੀ, ਬੇਰੀ ਨੇ ਮੈਨੂੰ ਵੇਰ ਦੇ ਦਿੱਤਾ। ਫਕੀਰ ਸੋਚਾਂ ਵਿੱਚ ਪੈ ਗਿਆ, ਨਾਲੇ ਹੱਸਣ ਲੱਗ ਗਿਆ। ਕਿੱਥੇ ਗੁੱਸਾ ਆ ਗਿਆ ਸੀ, ਕਿੱਥੇ ਬੱਚੇ ਦੀ ਗੱਲ ਸੁਣ ਕੇ ਹੱਸਣ ਲੱਗ ਗਏ। ਕਹਿੰਦੇ ਬੇਰੀ ਨੇ ਵੇਰ ਦਿੱਤਾ? ਕਹਿੰਦੇ ਆ ਜਾ ਫਿਰ। ਸੋਚਣ ਲੱਗ ਗਿਆ ਕਿ ਫਕੀਰਾ, ਬੇਰੀ ਨੇ ਵੱਟਾ ਖਾ ਕੇ ਬੱਚੇ ਨੂੰ ਵੇਰ ਦਿੱਤਾ, ਵੱਟਾ ਤੇਰੇ ਵੀ ਵੱਜ ਗਿਆ, ਹੁਣ ਤੈਨੂੰ ਵੀ ਕੁਛ ਦੇਣਾ ਹੀ ਪੈਣਾ। ਦੇ ਦਿੱਤਾ। ਫਕੀਰ ਕਹਿੰਦਾ, ਵੱਟਾ ਹੁਣ ਸਾਡੇ ਵੀ ਵੱਜ ਗਏ, ਹੁਣ ਅਸੀਂ ਵੀ ਤੈਨੂੰ ਕੁਛ ਦੇਣਾ ਹੀ। ਆਵਾਜ਼ ਮਾਰੀ ਗਈ, ਕਾਕਾ ਮੰਗ ਲੈ ਜੋ ਕੁਛ ਮੰਗਣਾ। ਕਹਿੰਦਾ, ਜੀ ਮੁਆਫੀ ਦੇ ਦਿਓ। ਆਪ ਕਹਿੰਦੇ, ਨਹੀਂ, ਜੋ ਮੰਗਣਾ ਮੰਗ ਲਾ, ਉਹੀ ਦੇ ਦੇਣਾ। ਕਹਿੰਦਾ, ਜੀ ਮੁਆਫੀ ਦੇ ਦਿਓ। ਆਪ ਕਹਿੰਦੇ, ਫਕੀਰ ਦੇ ਤਿੰਨ ਕੌਲ ਹੁੰਦੇ, ਮੰਗ ਲਾ ਜੋ ਕੁਛ ਮੰਗਣਾ। ਕਹਿੰਦਾ, ਜੀ ਮੁਆਫੀ ਦੇ ਦਿਓ। ਆਪ ਹੱਸ ਪਏ, ਕਹਿੰਦੇ ਤਿੰਨਾਂ ਕੌਲਾਂ 'ਚ ਮੁਆਫੀ ਮੰਗ ਲਈ? ਜਾ ਜੇ ਮੁਆਫੀ ਮੰਗੀ ਤੇ ਮੁਆਫੀ ਇੱਥੇ ਦੀ ਵੀ ਤੇ ਮੁਆਫੀ ਉੱਥੇ ਦੀ। ਦੋ ਜਹਾਨ ਦੀ ਬੱਚੇ ਨੂੰ ਮੁਆਫੀ ਮਿਲ ਗਈ। ਹੁਣ ਬੱਚਾ ਜਿੱਧਰ ਨੂੰ ਵੀ ਜਾਂਦਾ, ਧਮਾਲਾ ਪਾਉਂਦਾ ਜਾਂਦਾ, ਮਿੱਟੀ ਨੂੰ ਹੱਥ ਲਾਉਂਦਾ, ਸੋਨਾ ਬਣ ਜਾਂਦੀ। ਸੋਚਿਆ ਕਿ ਫਕੀਰ ਦੀ ਰਹਿਮਤ ਹੋ ਗਈ, ਜੇ ਮਿੱਟੀ ਨੂੰ ਵੀ ਹੱਥ ਲਾਉਂਦਾ ਸੋਨਾ ਬਣਦੀ ਹੈ। ਘਰ ਆ ਗਿਆ, ਕੀ ਦੇਖਦਾ, ਉਹਦਾ ਦੋਸਤ ਮਰਿਆ ਪਿਆ। ਕਹਿੰਦਾ, ਉਸ ਉੱਠ ਕੇ ਖੜਾ ਹੋ ਗਿਆ। ਫਕੀਰ ਦੀ ਅਜ਼ਮਾਇਸ਼ ਕਰਨੀ ਸੀ ਕਿ ਮੇਰੇ 'ਤੇ ਵਾਕਿਆ ਫਕੀਰ ਦੀ ਰਹਿਮਤ ਹੋ ਗਈ। ਬੱਚਾ ਉੱਠ ਕੇ ਖੜਾ ਹੋ ਗਿਆ, ਸਾਰੀ ਦੁਨੀਆ ਹੈਰਾਨ ਕਿ ਰੱਬ ਦਾ ਮਾਰਿਆ ਬੱਚਾ ਇੱਕ ਛੋਟੇ ਜਿਹੇ ਬੱਚੇ ਨੇ ਜ਼ਿੰਦਾ ਕਰ ਦਿੱਤਾ। ਮਾਂ ਪੁੱਛਦੀ, ਕਹਿੰਦੀ, ਕਾਕਾ ਇਹ ਕਿੱਥੋਂ ਗੱਲ ਮਿਲੀ? ਕਹਿੰਦਾ, ਆ ਜਾ ਮਾਂ, ਆ ਜਾ ਤੈਨੂੰ ਦੱਸਾਂ। ਕਿਸੇ ਬੰਦੇ ਦੇ ਆਮ ਦੇ ਮੈਂ ਮਾਰ ਦਿੰਦਾ ਵੱਟਾ, ਮੈਨੂੰ ਕੁੱਟ ਕੁੱਟ ਕੇ ਛਿੱਲ ਦੇਣਾ ਸੀ ਮਾਂ। ਫਕੀਰ ਦੇ ਵੱਟਾ ਵੱਜ ਗਿਆ, ਦੋ ਜਹਾਨ ਦੀ ਰਹਿਮਤ ਹੋ ਗਈ। ਇਹ ਐਵੇਂ ਨਾਮ ਹੋ ਗਏ ਇਹਨਾਂ ਦੇ, ਇਹਨਾਂ ਦੇ ਐਵੇਂ ਨਾਮ ਨਹੀਂ ਹੋਏ। ਇਹਨਾਂ ਨੇ ਖਿਦਮਤਾਂ ਕੀਤੀਆਂ ਆਪਣੇ ਯਾਰ ਦੀਆਂ, ਆਪਣੇ ਗੁਰੂ ਦੀਆਂ ਖਿਦਮਤਾਂ। ਅੱਜ 108 ਪ੍ਰੀਤਮ ਦਾਸ ਜੀ ਸੰਤ ਬਣੇ ਨੇ, ਇਹ ਖਿਦਮਤਾਂ ਨਾਲ ਬਣੇ ਨੇ ਹਜ਼ੂਰ। ਤੋ ਜਨਾਬ ਫਕੀਰ ਕੋਲ ਚਲੇ ਗਈ, ਕਹਿੰਦਾ, ਮਾਂ ਆ ਜਾ ਤੈਨੂੰ ਬਾਬਾ ਦੱਸਾਂ। ਗਿਆਰਵੀਂ ਵਾਲੇ ਪੀਰਾਂ ਕੋਲ ਚਲੇ ਗਏ, ਜਾ ਕੇ ਕਹਿੰਦੀ, ਬਾਬਾ ਜੀ ਤੰਨਦੇ ਹੋ ਤੁਸੀਂ, ਵੱਟਾ ਮਾਰਿਆ ਔਰ ਦੋ ਜਹਾਂ ਦੀ ਰਹਿਮਤ ਹੋ ਗਈ ਇਹਦੇ ਤੇ। ਤੇ ਉਹ ਵੀ ਕਹਿੰਦੀ ਹੈ ਕਿ ਮੌਜ ਲੱਗੀ ਹੈ ਕੋਈ ਥੋੜ ਵੀ ਨਾ ਰਹੀ, ਮੌਜ ਲੱਗੀ ਹੈ ਕੋਈ ਥੋੜ ਵੀ ਨਾ ਰਹੀ, ਮੌਜ ਲੱਗੀ ਹੈ ਕੋਈ ਥੋੜ ਵੀ ਨਾ ਰਹੀ, ਮੌਜ ਲੱਗੀ ਹੈ ਕੋਈ ਥੋੜ ਵੀ ਨਾ ਰਹੀ।
ਆਪਾਂ ਬੈਠੇ ਜਿਹੜੀ ਕਦੀ ਮੁਰਸ਼ਿਦ ਮਿਲ ਗਿਆ